ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV, ਗੱਲ ਦਿਲ ਦੀ। ਮੈਂ ਹਾਂ ਸੰਜੀਵ ਯਸ਼ ਖੰਨਾ। ਨੇਚਰ, ਕੁਦਰਤ ਕਹਿੰਦੇ ਨੇ ਕਿ ਜਿਉਂ ਜਿਉਂ ਅੱਗੇ ਵੱਧਦੀ ਗਈ, ਤਿਉਂ ਤਿਉਂ ਇਹਦੇ ਵਿੱਚ ਬਦਲਾਅ ਆਉਂਦੇ ਗਏ। ਜਿਹੜੇ ਜੀਵ ਜੰਤੂ ਅੱਜ ਅਸੀਂ ਜਿਸ ਵੀ ਰੂਪ ਦੇ ਵਿੱਚ ਦੇਖਦੇ ਹਾਂ, ਸ਼ੁਰੂਆਤ ਦੇ ਵਿੱਚ ਉਹ ਇਸ ਰੰਗ ਰੂਪ ਦੇ ਵਿੱਚ ਨਹੀਂ ਸੀ। ਹੌਲੀ ਹੌਲੀ ਉਹਨਾਂ ਦੀ ਆਪਣੀ ਇੱਛਾ ਸ਼ਕਤੀ ਜੋ ਕੁਦਰਤੀ ਉਹਨਾਂ ਦੇ ਅੰਦਰ ਪੈਦਾ ਹੋਈ, ਉਹਦੇ ਮੁਤਾਬਿਕ ਉਹਨਾਂ ਦੇ ਅੰਦਰ ਬਦਲਾਅ ਆਏ। ਮੋਰ ਦੇਖੋ ਕਿੰਨੇ ਤਰ੍ਹਾਂ ਦੇ ਨੇ, ਹੈ ਨਾ, ਕਿੰਨੇ ਤਰ੍ਹਾਂ ਦੇ ਉਹਨਾਂ ਦੇ ਖੰਭ ਨੇ। ਕਿਤੇ ਚਿੱਟਾ ਮੋਰ ਵੀ ਮਿਲਦਾ, ਕਿਤੇ ਲਾਲ ਵੀ ਮਿਲਦਾ, ਕਿਤੇ ਹਰਾ ਵੀ ਮਿਲਦਾ। ਮਤਲਬ ਇੱਛਾ ਸ਼ਕਤੀ ਦੇ ਮੁਤਾਬਿਕ ਜੋ ਕੁਦਰਤੀ ਰਹੀ ਉਹਨਾਂ ਦੇ ਅੰਦਰ ਡਿਵੈਲਪ ਹੁੰਦੇ ਰਹੇ। ਸੋ ਇਹ ਅਸੀਂ ਦੇਖੀਏ ਜੀਵ ਜੰਤੂਆਂ ਨੂੰ, ਇਹ ਅਸੀਂ ਦੇਖੀਏ ਇਨਸਾਨਾਂ ਨੂੰ, ਤਾਂ ਸਭ ਦੇ ਵਿੱਚ ਉਹਨਾਂ ਦੀ ਇੱਛਾ ਸ਼ਕਤੀ ਦੇ ਮੁਤਾਬਿਕ ਜਿਉਂ ਜਿਉਂ ਉਹ ਐਕਸਪੀਰੀਅੰਸ ਲੈਂਦੇ ਨੇ, ਜਿਉਂ ਜਿਉਂ ਉਹ ਤਜਰਬਾ ਹਾਸਿਲ ਕਰਦੇ ਨੇ, ਉਹਨਾਂ ਦੇ ਵਿੱਚ ਬਦਲਾਅ ਆਉਂਦੇ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਐਕਸਪੀਰੀਅੰਸ ਇਜ਼ ਏ ਬਿਗ ਥਿੰਗ, ਔਰ ਤੁਹਾਨੂੰ ਤਜਰਬੇਕਾਰ ਹੋਣਾ ਹੀ ਚਾਹੀਦਾ ਹੈ, ਤੁਹਾਡਾ ਤਜਰਬਾ ਤੁਹਾਡੇ ਨਾਲ ਹੋਣਾ ਹੀ ਚਾਹੀਦਾ ਹੈ। ਇਹ ਇਨਸਾਨ ਦੀ ਤੀਸਰੀ ਅੱਖ ਹੁੰਦੀ ਆ, ਐਜੂਕੇਸ਼ਨ ਤੋਂ ਉੱਤੇ ਆਉਂਦਾ ਹੈ ਤਜਰਬਾ, ਔਰ ਤਜਰਬੇ ਦੀ ਅੱਖ ਦੇ ਨਾਲ ਤੁਸੀਂ ਕਈ ਵਾਰ ਐਸੀਆਂ ਚੀਜ਼ਾਂ ਪਰਖ ਲੈਂਦੇ ਹੋ ਜਿਹੜਾ ਐਜੂਕੇਸ਼ਨ, ਜਿਹੜਾ ਡਿਗਰੀਆਂ, ਜਿਹੜਾ ਇਹ ਸਾਰਾ ਤਾਮ ਚਾਮ, ਮੈਂ ਉੱਥੇ ਗਿਆ ਅਤੇ ਮੈਂ ਉੱਥੇ ਪੜ੍ਹਿਆ, ਮੈਂ ਉੱਥੇ ਗਿਆ ਅਤੇ ਮੈਂ ਉੱਥੇ ਪੜ੍ਹਿਆ, ਉਹ ਕੰਮ ਨਹੀਂ ਆਉਂਦਾ, ਤਜਰਬਾ ਕੰਮ ਆਉਂਦਾ। ਇੱਦਾਂ ਦੇ ਕਈ ਐਕਸਪੀਰੀਅੰਸ ਸਾਡੇ ਸਾਹਮਣੇ ਆਏ ਨੇ। ਜਿਰਾਫ ਜਿਹਦੀ ਗਰਦਨ ਬਹੁਤ ਲੰਬੀ ਅਸੀਂ ਦੇਖਦੇ ਹਾਂ, ਔਰ ਵਿਗਿਆਨਿਕ ਕਹਿੰਦੇ ਨੇ ਕਿ ਸ਼ੁਰੂਆਤੀ ਦੌਰ ਦੇ ਵਿੱਚ ਇਹਦੀ ਗਰਦਨ ਇੰਨੀ ਲੰਬੀ ਨਹੀਂ ਸੀ, ਪਰ ਜਦੋਂ ਧਰਤੀ ਦੇ ਉੱਤੇ ਘਾਹ ਮੁੱਕ ਗਿਆ ਜਾਂ ਘਾਹ ਨਹੀਂ ਸੀ ਉਨਾ ਜਿੰਨਾ ਉਹਨੂੰ ਚਾਹੀਦਾ ਸੀ, ਤਾਂ ਉਹਨੇ ਦਰੱਖਤਾਂ ਦੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ। ਤਾਂ ਉੱਚਾ ਹੋ ਕੇ, ਉੱਚਾ ਹੋ ਕੇ ਜਿਉਂ ਜਿਉਂ ਪੱਤੇ ਖਾਂਦਾ ਰਿਹਾ, ਤਿਉਂ ਤਿਉਂ ਉਹਦੀ ਗਰਦਨ ਦੇ ਵਿੱਚ ਲੰਬਾਈ ਵੱਧਦੀ ਗਈ। ਇਹ ਸਭ ਜੈਨੇਟਿਕ ਇੰਜੀਨੀਅਰਿੰਗ ਹੈ, ਇਹ ਸਭ ਕੁਦਰਤ ਦੀ, ਇਨਸਾਨ ਦੀ ਨਹੀਂ, ਕੁਦਰਤ ਦੀ ਜੈਨੇਟਿਕ ਇੰਜੀਨੀਅਰਿੰਗ ਹੈ। ਇਹ ਸਭ ਕਿਹਾ ਜਾਂਦਾ ਬਿਕਾਜ਼ ਕੁਦਰਤ ਇੰਟੈਲੀਜੈਂਟ ਆ, ਕੁਦਰਤ ਸਮਝਦਾਰ ਆ। ਚਾਹੇ ਉਹਨੂੰ ਰੱਬ ਕਹੋ, ਚਾਹੇ ਉਹਨੂੰ ਕਿਸੇ ਵੀ ਨਾਂ ਨਾਲ ਪੁਕਾਰੋ, ਪਰ ਉਹ ਕੁਦਰਤ ਇੰਟੈਲੀਜੈਂਟ ਆ, ਸਮਝਦਾਰ, ਐਡੀ ਸਮਝਦਾਰ ਕਿ ਫੋਰ ਐਗਜ਼ਾਮਪਲ ਤੁਸੀਂ ਕੁਝ ਵੀ ਖਾਓ, ਮੰਨ ਲਓ ਤੁਸੀਂ ਕੇਲਾ ਖਾਧਾ, ਮੰਨ ਲਓ ਤੁਸੀਂ ਰੋਟੀ ਖਾਧੀ, ਜਾਂ ਕੁਝ ਵੀ ਮਟੀਰੀਅਲ ਤੁਸੀਂ ਖਾਧਾ, ਉਸ ਨੂੰ ਉਹ ਤੁਹਾਡੀ ਬਾਡੀ ਦੇ ਮੁਤਾਬਿਕ ਚੇਂਜ ਕਰ ਦਿੰਦੀ ਆ। ਕੇਲਾ ਖਾਣ ਤੋਂ ਬਾਅਦ ਤੁਸੀਂ ਕੇਲਾ ਨਹੀਂ ਬਣ ਜਾਂਦੇ, ਕੇਲਾ ਤੁਹਾਡਾ ਰੂਪ ਧਾਰਨ ਕਰ ਲੈਂਦਾ ਕੋਈ ਵੀ ਚੀਜ਼। ਸੋ ਇਹ ਕੁਦਰਤ ਦੀ ਇੰਟੈਲੀਜੈਂਸੀ ਆ, ਬਾਡੀ ਨੂੰ ਜੋ ਰਿਕੁਆਇਰਡ ਆ ਉਹ ਅੰਦਰ ਆ ਜਾਏਗਾ। ਇਹ ਸਭ ਕਿਵੇਂ ਡਿਵੈਲਪ ਹੋਇਆ? ਇਹ ਤਜਰਬੇ ਦੇ ਨਾਲ, ਜਿਉਂ ਜਿਉਂ ਬਾਡੀ ਨੂੰ, ਜਿਉਂ ਜਿਉਂ ਕੁਦਰਤ ਨੂੰ ਐਕਸਪੀਰੀਅੰਸ ਹੋਇਆ ਸਮੇਂ ਦੇ ਨਾਲ ਨਾਲ, ਉਹਦੇ ਵਿਲ ਪਾਵਰ ਦੇ ਮੁਤਾਬਿਕ ਤਿਉਂ ਤਿਉਂ ਉਹਦੇ ਅੰਦਰ ਬਦਲਾਅ ਆਉਂਦੇ ਗਏ। ਦੈਟ ਇਜ਼ ਵਾਈ ਐਕਸਪੀਰੀਅੰਸ ਇਜ਼ ਅ ਬਿਗ ਥਿੰਗ। ਔਰ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਜੇ ਸਿੱਧੀ ਪੱਧਰੀ ਭਾਸ਼ਾ 'ਚ ਕਹੋ, ਹੱਡ ਬੀਤੀ, ਹੱਡ ਬੀਤੀ ਸਭ ਤੋਂ ਵੱਡੀ ਸਿੱਖਿਆ ਹੁੰਦੀ ਆ। ਔਰ ਜੋ ਬੰਦਾ ਆਪਣੀ ਹੱਡ ਬੀਤੀ ਦੇ ਆਧਾਰ ਦੇ ਉੱਤੇ ਤੁਹਾਨੂੰ ਸਮਝਾਵੇ, ਉਹ ਸਭ ਤੋਂ ਵਧੀਆ ਤੁਹਾਡਾ ਸਲਾਹਕਾਰ ਹੋ ਸਕਦਾ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲ ਦਿਲ ਦੀ। ਗੱਲ ਆਪਾਂ ਕਰਦੇ ਹਾਂ ਸਲਾਹਕਾਰ ਦੀ। ਸਲਾਹਕਾਰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸਲਾਹਕਾਰ ਤੁਹਾਡਾ ਕੰਮ ਬਣਾ ਵੀ ਸਕਦਾ ਅਤੇ ਤੁਹਾਡਾ ਕੰਮ ਵਿਗਾੜ ਵੀ ਸਕਦਾ, ਦੋਵੇਂ ਤਰ੍ਹਾਂ ਨਾਲ ਕੰਮ ਕਰਦਾ। ਇਹ ਦੋ ਧਾਰੀ ਤਲਵਾਰ ਹੁੰਦੀ ਆ। ਇਸ ਲਈ ਸਲਾਹਕਾਰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲਵੋ ਕਿ ਕੋਈ ਬੰਦਾ ਮੇਰਾ ਐਡਵਾਈਜ਼ਰ ਬਣਨ ਦੇ ਲਾਇਕ ਹੈ ਕਿ ਨਹੀਂ ਹੈ। ਸਲਾਹਕਾਰ ਬਣਾਉਣ ਤੋਂ ਪਹਿਲਾਂ ਜਾਂ ਸਲਾਹ ਲੈਣ ਤੋਂ ਪਹਿਲਾਂ ਇਹ ਸੋਚ ਲਵੋ ਕਿ ਕਿਸ ਬੰਦੇ ਕੋਲੋਂ ਸਲਾਹ ਲੈਣੀ ਹੈ ਅਤੇ ਕਿਸ ਬੰਦੇ ਕੋਲੋਂ ਸਲਾਹ ਨਹੀਂ ਲੈਣੀ। ਐਵੇਂ ਯਬਲੀਆਂ ਮਾਰਨ ਵਾਲੇ ਕੋਲੋਂ ਸਲਾਹ ਨਹੀਂ ਲਈਦੀ ਹੁੰਦੀ, ਵਾਕਈ ਜਿਹਦੇ ਕੋਲ ਹੱਡ ਬੀਤੀ, ਜਿਹਦੇ ਕੋਲ ਐਕਸਪੀਰੀਅੰਸ ਹੋਵੇ, ਉਹਦੇ ਕੋਲੋਂ ਸਲਾਹ ਲਈਦੀ ਹੁੰਦੀ ਹੈ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਉਸ ਬੰਦੇ ਨੇ ਕੀ ਕੀਤਾ ਜ਼ਿੰਦਗੀ ਦੇ ਵਿੱਚ? ਜ਼ਰੂਰੀ ਨਹੀਂ ਕਿ ਉਹ ਕਾਮਯਾਬ ਹੋਇਆ, ਉਹ ਫੇਲ ਵੀ ਹੋ ਸਕਦਾ। ਕਈ ਬੰਦਾ ਇਹ ਹੁੰਦਾ ਕਿ ਉਹ ਬਹੁਤ ਜ਼ਿਆਦਾ ਫੇਲ ਹੀ ਫੇਲ ਹੋਇਆ ਹੈ, ਕਾਮਯਾਬ ਬਹੁਤ ਘੱਟ ਹੋਇਆ ਹੈ, ਫਿਰ ਵੀ
ਉਹ ਤੁਹਾਨੂੰ ਆਪਣੇ ਫੇਲਿਓਰ ਦੇ ਆਧਾਰ 'ਤੇ, ਆਪਣੀ ਨਾਕਾਮਯਾਬੀ ਦੇ ਆਧਾਰ ਦੇ ਉੱਤੇ ਸਲਾਹ ਦੇ ਸਕਦਾ ਕਿ ਇਹ ਨਾ ਕਰੀਓ, ਇਹਦੇ ਨਾਲ ਮੈਨੂੰ ਨੁਕਸਾਨ ਹੋਇਆ ਸੀ, ਤੁਹਾਨੂੰ ਵੀ ਹੋ ਸਕਦਾ। ਸੋ ਉਹ ਵੀ ਸਲਾਹਕਾਰ ਹੋ ਸਕਦਾ। ਬੇਸਿਕਲੀ ਇਹ ਤੁਹਾਡੀ ਆਪਣੀ ਵਿਜ਼ਡਮ ਆ, ਤੁਹਾਡੀ ਆਪਣੀ ਸੋਚ ਆ, ਤੁਹਾਡੀ ਆਪਣੀ ਇੰਟੈਲੀਜੈਂਸੀ ਆ ਕਿ ਤੁਸੀਂ ਕਿਹਦੇ ਕੋਲੋਂ ਸਲਾਹ ਲੈਂਦੇ ਹੋ, ਕਿਹਦੇ ਕੋਲੋਂ ਸਲਾਹ ਨਹੀਂ ਲੈਂਦੇ ਹੋ। ਸਲਾਹਕਾਰ ਚੁਣਨਾ ਤੁਹਾਡੇ ਹੱਥ ਦੀ ਗੇਮ ਹੁੰਦੀ ਆ, ਕਿਉਂਕਿ ਮੋਸਟਲੀ ਕੇਸਿਸ ਦੇ ਵਿੱਚ ਅਸੀਂ ਦੇਖਦੇ ਹਾਂ ਸਲਾਹਕਾਰ ਤੁਹਾਡੇ ਕੰਮ ਬਣਾ ਵੀ ਸਕਦੇ ਨੇ, ਤੁਹਾਡੇ ਕੰਮ ਵਿਗਾੜ ਵੀ ਸਕਦੇ ਨੇ। ਜ਼ਿਆਦਾਤਰ ਸਲਾਹ ਦੇਣ ਵਾਲੇ ਇੱਦਾਂ ਦੇ ਹੁੰਦੇ ਨੇ ਕਿ ਤੁਸੀਂ ਸਲਾਹ ਮੰਗਣ ਜਾਓ, ਯਾਰ ਮੈਂ ਇਹ ਕਰਨਾ ਚਾਹੁੰਦਾ, ਮੈਂ ਇਹ ਕਰਨਾ ਚਾਹੁੰਦਾ। ਉਹ ਛੱਡ ਪਰਾ, ਇਹ ਵੀ ਕੋਈ ਕੰਮ ਹੈ? ਪਤਾ ਨਹੀਂ ਕੀ ਬੇਵਕੂਫਾਂ ਵਾਲੀਆਂ ਗੱਲਾਂ ਸੋਚੀ ਜਾਂਦਾ, ਛੱਡ ਪਰਾਂ। ਹੁਣ ਉਸ ਵਕਤ ਇੱਕ ਡਿਸੀਜ਼ਨ ਤੁਸੀਂ ਲੈਣਾ, ਤੁਸੀਂ ਆਪਣੇ ਦਿਲ ਦੀ ਗੱਲ ਸੁਣਨੀ ਹੈ ਕਿ ਤੁਸੀਂ ਉਸ ਸਾਹਮਣੇ ਵਾਲੇ ਦੇ ਮੂੰਹ ਦੀ ਗੱਲ ਸੁਣਨੀ ਹੈ। ਦਿਲ ਦੀ ਗੱਲ ਸੁਣਨਾ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿਉਂਕਿ ਦਿਲ ਦੀ ਗੱਲ ਤੁਹਾਨੂੰ ਕਾਮਯਾਬੀ ਦਵਾ ਸਕਦੀ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਐਕਸਪੀਰੀਅੰਸ ਇਜ਼ ਅ ਬਿਗ ਥਿੰਗ, ਅਸੀਂ ਬਾਰ ਬਾਰ ਕਹਿ ਰਹੇ ਹਾਂ। ਤਜ਼ਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਔਰ ਤਜ਼ਰਬਾ ਤਾਂ ਹੀ ਹਾਸਿਲ ਕਰੋਗੇ ਨਾ ਜੇ ਤੁਸੀਂ ਤਜ਼ਰਬਾ ਕਰੋਗੇ, ਐਕਸਪੈਰੀਮੈਂਟ ਕਰੋਗੇ, ਤਾਂ ਹੀ ਤਜ਼ਰਬਾ ਹਾਸਿਲ ਹੋਏਗਾ। ਐਕਸਪੀਰੀਅੰਸ ਤਾਂ ਹੀ ਮਿਲੇਗਾ, ਐਕਸਪੈਰੀਮੈਂਟ ਕਰੋ। ਅਤੇ ਐਕਸਪੈਰੀਮੈਂਟ ਉਦੋਂ ਕਰੋ ਜਦੋਂ ਤੁਸੀਂ ਪੂਰੀ ਤਰ੍ਹਾਂ ਤਿਆਰ ਹੋਵੋ ਐਕਸਪੈਰੀਮੈਂਟ ਕਰਨ ਵਾਸਤੇ, ਅਤੇ ਉਹਦਾ ਨਤੀਜਾ ਕੁਝ ਵੀ ਆਵੇ, ਤੁਸੀਂ ਉਸ ਨਤੀਜੇ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹੋ। ਐਕਸਪੈਰੀਮੈਂਟ ਦਾ ਨਤੀਜਾ ਜ਼ਰੂਰੀ ਨਹੀਂ ਕਿ ਸਹੀ ਆਏਗਾ, ਗਲਤ ਵੀ ਆ ਸਕਦਾ, ਤੁਹਾਨੂੰ ਨੁਕਸਾਨ ਵੀ ਹੋ ਸਕਦਾ। ਤੁਸੀਂ ਉਹਦੇ ਵਾਸਤੇ ਵੀ ਤਿਆਰ ਰਹੋ, ਫਾਇਦਾ ਹੋ ਸਕਦਾ ਤਾਂ ਤੁਸੀਂ ਉਸ ਫਾਇਦੇ ਨੂੰ ਸੰਭਾਲਣ ਵਾਸਤੇ ਤਿਆਰ ਰਹੋ। ਜ਼ਿਆਦਾਤਰ ਚਾਂਸਿਸ ਨੁਕਸਾਨ ਦੇ ਹੁੰਦੇ ਨੇ, 100 ਵਿੱਚੋਂ 99 ਤਜ਼ਰਬੇ ਮੰਨ ਕੇ ਚੱਲੋ ਫੇਲ ਹੁੰਦੇ ਨੇ, ਕਿਤੇ ਇੱਕ ਕਾਮਯਾਬ ਹੁੰਦਾ ਹੈ ਜੋ ਤੁਹਾਨੂੰ ਸਫਲਤਾ ਦਿੰਦਾ। ਐਲਬਰਟ ਆਈਨਸਟਾਈਨ ਹਮੇਸ਼ਾ ਇਹ ਕਹਿੰਦੇ ਸੀ ਕਿ ਮੈਂ 1000 ਤਜ਼ਰਬੇ ਕੀਤੇ, ਮੰਨ ਲਓ 1000 ਦੇ 1000 ਫੇਲ ਹੋ ਗਏ, ਪਰ ਮੇਰੇ ਕੋਲ 1000 ਰਾਹ ਇੱਦਾਂ ਦੇ ਮਿਲ ਗਏ ਜਿਨ੍ਹਾਂ ਦੇ ਉੱਤੇ ਮੈਨੂੰ ਤੁਰਨਾ ਨਹੀਂ ਚਾਹੀਦਾ। ਹੁਣ ਮੈਂ 1000 ਤੋਂ ਅੱਗੇ ਤੁਰਾਂਗਾ। ਕਿਉਂ? ਕਿਉਂਕਿ ਇਨਸਾਨ ਦੇ ਅੰਦਰ ਲਗਨ ਹੈ। ਇਸ ਕਰਕੇ ਕਹਿੰਦੇ ਨੇ ਸਿਆਣੇ ਕਿ ਨਾ ਥੱਕਣਾ ਅਤੇ ਨਾ ਅੱਕਣਾ, ਕੰਮ ਕਰਦੇ ਰਹਿਣਾ, ਤਜ਼ਰਬੇ ਕਰਦੇ ਰਹਿਣਾ, ਐਕਸਪੀਰੀਅੰਸ ਲੈਂਦੇ ਰਹਿਣਾ। ਕੋਈ ਵੀ ਐਕਸਪੀਰੀਅੰਸ ਮਾੜਾ ਨਹੀਂ ਹੁੰਦਾ, ਐਵਰੀ ਐਕਸਪੀਰੀਅੰਸ ਇਜ਼ ਅ ਗੁੱਡ ਐਕਸਪੀਰੀਅੰਸ। ਭਾਵੇਂ ਤੁਸੀਂ ਫੇਲ ਹੋਏ, ਭਾਵੇਂ ਤੁਸੀਂ ਪਾਸ ਹੋਏ, ਗੁੱਡ ਐਕਸਪੀਰੀਅੰਸ ਆ, ਕਿਉਂਕਿ ਤੁਸੀਂ ਬੇਸਿਕਲੀ ਉਹਦੇ ਤੋਂ ਸਿੱਖਣਾ ਹੈ। ਐਕਸਪੀਰੀਅੰਸ ਦਾ ਮਤਲਬ ਇਹੀ ਆ, ਜਿਹੜਾ ਬੰਦਾ ਸਿੱਖਦਾ ਹੈ ਉਹਦਾ ਹਰ ਐਕਸਪੀਰੀਅੰਸ ਚੰਗਾ ਹੁੰਦਾ ਹੈ। ਭਾਵੇਂ ਰਿਜ਼ਲਟ ਜਿੰਨਾ ਮਰਜ਼ੀ ਮਾੜਾ ਹੋਵੇ, ਪਰ ਉਹ ਐਕਸਪੀਰੀਅੰਸ ਵਧੀਆ ਹੋਏਗਾ, ਬਿਕਾਜ਼ ਉਹ ਲਰਨਰ ਆ, ਉਹ ਸਿੱਖਦਾ, ਉਹ ਹਮੇਸ਼ਾ ਐਜੂਕੇਟ ਕਰਦਾ ਆਪਣੇ ਆਪ ਨੂੰ। ਸੋ ਹਮੇਸ਼ਾ ਸਿੱਖਣ ਵਾਸਤੇ, ਸਿਖਾਉਣ ਵਾਸਤੇ ਤਿਆਰ ਰਹਿਣਾ ਚਾਹੀਦਾ। ਜਿੱਥੋਂ ਵੀ ਸਿੱਖਣ ਨੂੰ ਮਿਲੇ ਸਿੱਖ ਲਵੋ, ਭਾਵੇਂ ਕੋਈ ਛੋਟਾ ਹੈ, ਭਾਵੇਂ ਕੋਈ ਵੱਡਾ ਹੈ, ਭਾਵੇਂ ਕੋਈ ਬਜ਼ੁਰਗ ਹੈ, ਭਾਵੇਂ ਕੋਈ ਜਵਾਨ ਹੈ, ਕੋਈ ਵੀ ਹੈ, ਐਨੀਥਿੰਗ, ਇੱਥੋਂ ਤੱਕ ਕਿ ਐਨੀਮਲਸ ਤੋਂ ਵੀ ਕੁਝ ਸਿੱਖਣ ਨੂੰ ਮਿਲੇ ਤਾਂ ਜ਼ਰੂਰ ਸਿੱਖ ਲਵੋ। ਤੁਸੀਂ ਇੱਕ ਸਪੌਂਜ ਦੀ ਤਰ੍ਹਾਂ ਹੋਣੇ ਚਾਹੀਦੇ ਹੋ, ਜਿੱਥੇ ਵੀ ਜਾਓ ਸਭ ਕੁਝ, ਜਿਵੇਂ ਸਪੌਂਜ ਆਪਣੇ ਅੰਦਰ ਪਾਣੀ ਐਬਜ਼ੋਰਵ ਕਰ ਲੈਂਦਾ, ਸਭ ਕੁਝ ਐਬਜ਼ੋਰਵ ਕਰ ਲਵੋ, ਜਸਟ ਲਾਈਕ ਦਿਸ। ਕਈ ਵਾਰ ਕੀ ਹੁੰਦਾ, ਇੱਕ ਬੰਦੇ ਨੇ ਕਿਤੇ 5 ਸਾਲ ਕੰਮ ਕੀਤਾ, 1 ਸਾਲ ਤਾਂ ਉਹਨੇ ਨਵੀਆਂ ਨਵੀਆਂ ਚੀਜ਼ਾਂ ਸਿੱਖੀਆਂ, ਪਰ ਬਾਕੀ 4 ਸਾਲ ਉਸੇ 1 ਸਾਲ ਪਹਿਲੇ ਦੀਆਂ ਚੀਜ਼ਾਂ ਨੂੰ ਰਿਪੀਟ ਕਰਦਾ ਰਿਹਾ, ਤਾਂ ਫਿਰ ਉਹ ਐਕਸਪੀਰੀਅੰਸ 5 ਸਾਲ ਦਾ ਨਹੀਂ ਹੈ, ਉਹ ਐਕਸਪੀਰੀਅੰਸ 1 ਸਾਲ ਦਾ ਹੈ, ਕਿਉਂਕਿ 4 ਸਾਲ ਤਾਂ ਰੈਪੀਟੇਸ਼ਨ ਹੈ, ਕੁਝ ਨਵਾਂ ਨਹੀਂ ਹੋਇਆ। ਸੋ ਇਹ ਚੀਜ਼ਾਂ ਐਨਾਲਾਈਜ਼ ਕਰੋ। ਇਸ ਨਾਲ ਕੀ ਹੋਏਗਾ ਕਿ ਤੁਸੀਂ ਆਪਣਾ ਵਕਤ ਜ਼ਾਇਆ ਨਹੀਂ ਕਰੋਗੇ, ਤੁਹਾਨੂੰ ਪਤਾ ਹੋਏਗਾ ਤੁਸੀਂ ਕੀ ਸਿੱਖਦੇ ਪਏ ਹੋ, ਔਰ ਜਿੱਥੇ ਲਰਨਿੰਗ ਬੰਦ ਹੋ ਗਈ, ਸਿੱਖਣਾ ਬੰਦ ਹੋ ਗਿਆ, ਉੱਥੇ ਗਰੋਥ ਬੰਦ ਹੋ ਗਈ। ਇਸ ਕਰਕੇ ਲਰਨਿੰਗ, ਗਰੋਥ ਦੋਵੇਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ, ਨਾਲ ਨਾਲ ਤੁਰਦੇ ਨੇ, ਔਰ ਇਹਦੇ ਵਿੱਚੋਂ ਹੀ ਤੁਸੀਂ ਨਵੇਂ ਨਵੇਂ ਤਜ਼ਰਬੇ ਕਰਦੇ ਹੋ ਅਤੇ ਨਵਾਂ ਨਵਾਂ ਐਕਸਪੀਰੀਅੰਸ ਲੈਂਦੇ ਹੋ, ਔਰ ਐਕਸਪੀਰੀਅੰਸ ਹਮੇਸ਼ਾ ਤੁਹਾਡੇ ਦਿਲ ਦੀ ਗੱਲ ਹੁੰਦਾ ਹੈ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਕਈ ਵਾਰ ਤੁਸੀਂ ਇਹ ਗੱਲ ਸੁਣਦੇ ਹੋਵੋਗੇ, ਯਾਰ ਉਹ ਸਾਰਾ ਦਿਨ ਇੱਕੋ ਹੀ ਕੰਮ ਕਰਦਾ ਰਹਿੰਦਾ, ਆਪਣੇ ਕੰਮ ਵਿੱਚ ਲੱਗਾ ਰਹਿੰਦਾ, ਪਾਗਲ ਹੋ ਗਿਆ ਲੱਗਦਾ। ਪਾਗਲ ਨਹੀਂ ਹੋਇਆ,
ਪਾਗਲ ਤਾਂ ਉਹ ਹੁੰਦਾ ਜਿਹੜਾ ਕਿਸੇ ਗੱਲ ਨੂੰ ਪਾ ਲਵੇ, ਉਹ ਪਾਗਲ, ਅਤੇ ਤੁਹਾਡੇ ਸੈਂਸ ਦੇ ਵਿੱਚ ਪਾਗਲ ਕੋਈ ਹੋਰ ਹੁੰਦਾ ਹੋਵੇਗਾ ਜਿਹਨੂੰ ਸੈਂਸ ਨਹੀਂ ਹੈਗੀ। ਨੋ ਨੋ ਨੋ, ਉਹ ਪਾਗਲ ਨਹੀਂ ਹੈ। ਪਾਗਲ ਤੁਹਾਡੇ ਮੁਤਾਬਿਕ ਉਹ ਹੈ, ਰੋਜ਼ ਇੱਕ ਕੰਮ ਕਰੀ ਜਾਂਦਾ, ਰੋਜ਼ ਇੱਕ ਕੰਮ ਕਰੀ ਜਾਂਦਾ, ਪਰ ਉਹਦੇ ਰਿਜ਼ਲਟ ਵੱਖਰੇ ਨੇ। ਹਾਂ, ਉਹਨੂੰ ਆਪਾਂ ਇਹ ਕਹਿ ਸਕਦੇ ਹਾਂ, ਇੱਕ ਪਾਗਲ ਉਹ ਹੁੰਦਾ ਜੋ ਰੋਜ਼ ਇੱਕੋ ਹੀ ਕੰਮ ਕਰਦਾ ਹੈ ਪਰ ਇਹ ਉਮੀਦ ਕਰਦਾ ਕਿ ਉਹਦੇ ਰਿਜ਼ਲਟ ਵੱਖਰੇ ਹੋਣ, ਅਤੇ ਉਹ ਹੁੰਦੇ ਵੀ ਨੇ। ਕਿਉਂ? ਐਕਸਪੀਰੀਅੰਸ। ਅੱਜ ਜਿਸ ਤਰੀਕੇ ਨਾਲ ਤੁਸੀਂ ਇਸ ਕੰਮ ਨੂੰ ਕੀਤਾ, ਕੱਲ੍ਹ ਨੂੰ ਉਸ ਤੋਂ ਬਿਹਤਰ ਕਰੋਗੇ, ਪਰਸੋਂ ਉਸ ਤੋਂ ਬਿਹਤਰ ਕਰੋਗੇ। ਸੇਮ ਕੰਮ ਕਰਦੇ ਪਏ ਹੋ ਪਰ ਰਿਜ਼ਲਟ ਡਿਫਰੈਂਟ ਹੋ ਰਹੇ ਨੇ। ਕਾਰਨ, ਤੁਸੀਂ ਸਿੱਖਦੇ ਪਏ ਹੋ, ਐਕਸਪੀਰੀਅੰਸ ਲੈਂਦੇ ਪਏ ਹੋ। ਐਕਸਪੀਰੀਅੰਸ ਫਿਰ ਇੱਥੇ ਆ ਗਿਆ, ਔਰ ਉਹ ਤਾਂ ਕਾਊਂਟ ਹੋਏਗਾ ਜੇ ਤੁਸੀਂ ਸਿੱਖਦੇ ਪਏ ਹੋ, ਆਪਣੀਆਂ ਗਲਤੀਆਂ ਬਾਰੇ ਸੋਚਦੇ ਹੋ, ਆਪਣੀਆਂ ਖੂਬੀਆਂ ਬਾਰੇ ਸੋਚਦੇ ਹੋ, ਆਪਣੀਆਂ ਕਮੀਆਂ ਨੂੰ ਆਪਣੀਆਂ ਖੂਬੀਆਂ ਕਿਵੇਂ ਬਣਾਉਣਾ ਉਹਦੇ ਬਾਰੇ ਸੋਚਦੇ ਹੋ। ਠੀਕ ਹੈ, ਤਾਂ ਰੋਜ਼ ਇੱਕ ਕੰਮ ਕਰਨਾ ਬੁਰਾ ਨਹੀਂ ਹੈ, ਪਰ ਰੋਜ਼ ਇੱਕ ਕੰਮ ਨੂੰ ਉਸੇ ਤਰੀਕੇ ਨਾਲ ਕਰਨਾ ਬੁਰਾ ਹੈ। ਰੋਜ਼ ਉਸੇ ਕੰਮ ਨੂੰ ਨਵੇਂ ਤਰੀਕੇ ਨਾਲ ਕਰੋ, ਨਵੇਂ ਤਰੀਕੇ ਨਾਲ ਕਰਨ ਦੀ ਸੋਚੋ। ਇਹੀ ਹੈ ਐਕਸਪੀਰੀਅੰਸ, ਕੰਮ ਤਾਂ ਉਹੀ ਨੇ। ਸੋ ਐਕਸਪੀਰੀਅੰਸ ਲੈਣ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਰੋਜ਼ ਨਵੇਂ ਨਤੀਜੇ ਪ੍ਰਾਪਤ ਕਰਨ ਵਾਸਤੇ ਉਸਨੂੰ ਨਵੀਂ ਸੋਚ ਨਾਲ, ਨਵੇਂ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰੋ, ਨਵਾਂ ਐਕਸਪੈਰੀਮੈਂਟ ਕਰੋ। ਔਰ ਇਹ ਐਕਸਪੈਰੀਮੈਂਟ ਉਦੋਂ ਹੀ ਕਰਨਾ ਹੈ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਰਿਜ਼ਲਟ ਨੂੰ ਫੇਸ ਕਰਨ ਵਾਸਤੇ ਤਿਆਰ ਹੋਵੋ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਰਿਜ਼ਲਟ ਹਮੇਸ਼ਾ ਪੋਜ਼ਿਟਿਵ ਨਹੀਂ ਹੁੰਦੇ, ਨੈਗੇਟਿਵ ਵੀ ਹੁੰਦੇ ਨੇ। ਪਰ ਜੇ ਤੁਸੀਂ ਸਿੱਖਦੇ ਪਏ ਹੋ ਤਾਂ ਕੁਝ ਵੀ ਪੋਜ਼ਿਟਿਵ ਨਹੀਂ ਹੈ, ਕੁਝ ਵੀ ਨੈਗੇਟਿਵ ਨਹੀਂ ਹੈ। ਰਿਜ਼ਲਟ ਰਿਜ਼ਲਟ ਆ, ਤੁਸੀਂ ਉਹਦੇ ਉੱਤੋਂ ਸਿੱਖਣਾ ਹੈ। ਇਨਸਾਨ ਇਨਸਾਨ ਹੈ, ਜਿਹੜਾ ਵੀ ਤੁਹਾਨੂੰ ਮਿਲਿਆ ਹੈ ਉਸਨੂੰ ਮਿਲਣਾ ਵੀ ਇੱਕ ਤਜ਼ਰਬਾ ਹੈ, ਇੱਕ ਐਕਸਪੀਰੀਅੰਸ ਹੈ। ਜੋ ਕੁਝ ਉਹਦੇ ਕੋਲ ਹੈ ਉਹਦੇ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰੋ। ਅਸੀਂ ਅਕਸਰ ਕਹਿੰਦੇ ਹਾਂ ਇਹ ਇਨਸਾਨ ਨੈਗੇਟਿਵ ਹੈ, ਇਹ ਪੋਜ਼ਿਟਿਵ ਹੈ, ਇਹਦੀਆਂ ਵਾਈਵਸ ਨੈਗੇਟਿਵ ਨੇ, ਇਹਦੀਆਂ ਵਾਈਵਸ ਪੋਜ਼ਿਟਿਵ ਨੇ। ਇਹ ਸਾਡੀ ਸੋਚ ਹੈ, ਸਾਡੀ ਪਰਸੈਪਸ਼ਨ ਹੈ। ਇਨਸਾਨ ਨਾ ਨੈਗੇਟਿਵ ਹੈ ਨਾ ਪੋਜ਼ਿਟਿਵ ਹੈ, ਉਹ ਇਨਸਾਨ ਹੈ। ਉਹਦੇ ਅੰਦਰ ਚੰਗੀਆਂ ਗੱਲਾਂ ਵੀ ਨੇ, ਉਹਦੇ ਅੰਦਰ ਬੁਰੀਆਂ ਗੱਲਾਂ ਵੀ ਨੇ, ਜਿਵੇਂ ਸਾਡੇ ਅੰਦਰ ਨੇ। ਅਸੀਂ ਚੰਗੇ ਵੀ ਹਾਂ, ਬੁਰੇ ਵੀ ਹਾਂ, ਦੋਵੇਂ ਚੀਜ਼ਾਂ ਨੇ, ਗ੍ਰੇ ਸ਼ੇਡ ਆ। ਹਰ ਚੀਜ਼ ਚੰਗੀ ਨਹੀਂ, ਹਰ ਚੀਜ਼ ਬੁਰੀ ਨਹੀਂ, ਸਭ ਕੁਝ ਹੈਗਾ। ਔਰ ਕਿਸ ਵੇਲੇ ਕਿਸ ਚੀਜ਼ ਨੂੰ ਤੁਸੀਂ ਕਿਸੇ ਤਰ੍ਹਾਂ ਇਸਤੇਮਾਲ ਕਰਦੇ ਹੋ ਉਸ ਦੇ ਉੱਤੇ ਨਿਰਭਰ ਕਰਦਾ ਕਿ ਉਹਦੇ ਰਿਜ਼ਲਟ ਕੀ ਨੇ। ਸੋ ਇਨਸਾਨ ਨੂੰ ਐਜ਼ ਇਟ ਇਜ਼ ਰਿਸੀਵ ਕਰੋ, ਐਜ਼ ਇਟ ਇਜ਼ ਐਕਸੈਪਟ ਕਰੋ, ਜਿੱਦਾਂ ਦਾ ਉਹ ਹੈ ਉੱਦਾਂ ਉਹਨੂੰ ਸਵੀਕਾਰ ਕਰੋ, ਜਿੱਦਾਂ ਦਾ ਉਹਨੂੰ ਕੁਦਰਤ ਨੇ ਬਣਾਇਆ। ਤੁਹਾਨੂੰ ਉਹਦੇ 'ਚੋਂ ਕੀ ਚਾਹੀਦਾ ਉਹ ਤੁਸੀਂ ਸਿਲੈਕਟ ਕਰਨਾ, ਉਹਦੇ ਮੁਤਾਬਿਕ ਉਹਨਾਂ ਨਾਲ ਡੀਲ ਕਰਨਾ, ਉਹਦੇ ਮੁਤਾਬਿਕ ਉਹਨਾਂ ਨਾਲ ਗੱਲਬਾਤ ਕਰਨੀ। ਸੋ ਦਿਸ ਇਜ਼ ਐਕਸਪੀਰੀਅੰਸ, ਇਹ ਵੀ ਐਕਸਪੀਰੀਅੰਸ ਹੈ। ਸੋ ਕੋਈ ਵੀ ਐਕਸਪੀਰੀਅੰਸ ਚੰਗਾ ਮਾੜਾ ਨਹੀਂ, ਕੋਈ ਵੀ ਇਨਸਾਨ ਚੰਗਾ ਮਾੜਾ ਨਹੀਂ, ਸਭ ਕੁਝ ਤੁਹਾਡੀ ਆਪਣੀ ਪਰਸੈਪਸ਼ਨ ਹੈ। ਤੁਸੀਂ ਕਿਸੇ ਚੀਜ਼ ਨੂੰ ਰਿਸੀਵ ਕਿਵੇਂ ਕਰਦੇ ਹੋ, ਕਿਸੇ ਚੀਜ਼ ਨੂੰ ਐਕਸੈਪਟ ਕਿਵੇਂ ਕਰਦੇ ਹੋ। ਸੋ ਜੇ ਕੋਈ ਚੰਗਾ ਮਾੜਾ ਦੇਖਣਾ ਤਾਂ ਤੁਸੀਂ ਆਪਣੇ ਆਪ ਨੂੰ ਦੇਖੋ, ਤੁਸੀਂ ਚੰਗੇ ਹੋ ਸਕਦੇ ਹੋ, ਤੁਸੀਂ ਮਾੜੇ ਹੋ ਸਕਦੇ ਹੋ, ਕਿਉਂਕਿ ਤੁਹਾਨੂੰ ਆਪਣੇ ਬਾਰੇ ਪਤਾ। ਦੂਸਰੇ ਬਾਰੇ ਤਾਂ ਤੁਸੀਂ ਸਿਰਫ ਅੰਦਾਜ਼ੇ ਲਗਾ ਸਕਦੇ ਹੋ, ਚੰਗਾ ਹੈ ਮਾੜਾ ਹੈ, ਯੂ ਡੂ ਨੋਟ ਨੋ। ਤੁਸੀਂ ਉਹਦੇ ਬਾਰੇ ਕੁਝ ਵੀ ਨਹੀਂ ਜਾਣਦੇ, ਉਨਾ ਕੀ ਜਾਣਦੇ ਹੋ ਜਿੰਨਾ ਕੁ ਤੁਹਾਨੂੰ ਉਹ ਮਿਲਿਆ ਹੈ, ਉਹ ਵੀ ਕਿਸ ਰੂਪ ਦੇ ਵਿੱਚ ਮਿਲਿਆ, ਤੁਸੀਂ ਇੰਨਾ ਕੀ ਜਾਣਦੇ ਹੋ। ਉਸ ਤੋਂ ਇਲਾਵਾ ਤੁਹਾਨੂੰ ਉਹਦੇ ਬਾਰੇ ਕੱਖ ਨਹੀਂ ਪਤਾ। ਇਸ ਕਰਕੇ ਐਗਜ਼ੰਪਸ਼ਨਸ ਨੇ, ਇਸ ਕਰਕੇ ਅੰਦਾਜ਼ੇ ਨਹੀਂ। ਜੋ ਗੱਲ ਹੈ ਪੱਕੀ ਪੱਕੀ ਗੱਲ ਤੁਸੀਂ ਆਪਣੇ ਬਾਰੇ ਕਰ ਸਕਦੇ ਹੋ, ਆਪਣੇ ਬਾਰੇ ਹੀ ਐਨਾਲਾਈਜ਼ ਕਰ ਸਕਦੇ ਹੋ, ਆਪਣੇ ਆਪ ਦਾ ਵਿਸ਼ਲੇਸ਼ਣ ਕਰ ਸਕਦੇ ਹੋ। ਇਸ ਕਰਕੇ ਤੁਹਾਡੀ ਆਪਣੀ ਪਰਸੈਪਸ਼ਨ ਹੈ, ਉਹ ਪਰਸੈਪਸ਼ਨ ਹੀ ਤੁਹਾਡੀ ਲਰਨਿੰਗ ਆ। ਉੱਥੋਂ ਹੀ ਤੁਸੀਂ ਸਿੱਖਦੇ ਹੋ, ਉੱਥੋਂ ਹੀ ਤੁਸੀਂ ਐਕਸਪੀਰੀਅੰਸ ਲੈਂਦੇ ਹੋ, ਔਰ ਉਹੀ ਤੁਹਾਡੀ ਹੱਡ ਬੀਤੀ ਹੁੰਦੀ ਆ, ਔਰ ਉਸ ਆਧਾਰ ਦੇ ਉੱਤੇ ਤੁਸੀਂ ਅੱਗੇ ਗੱਲਬਾਤ ਕਰਦੇ ਹੋ, ਅੱਗੇ ਸਲਾਹ ਦਿੰਦੇ ਹੋ, ਆਪਣਾ ਸਾਰਾ ਤਜ਼ਰਬਾ ਅੱਗੇ ਵਿਵਹਾਰ ਦੇ ਵਿੱਚ ਲੈ ਕੇ ਆਉਂਦੇ ਹੋ। ਉਹਦੇ ਆਧਾਰ ਦੇ ਉੱਤੇ ਤੁਸੀਂ ਕਾਮਯਾਬ ਹੁੰਦੇ ਹੋ ਜਾਂ ਫੇਲ ਹੁੰਦੇ ਹੋ। ਇਹੀ ਹੈ ਤੁਹਾਡੀ ਹੱਡ ਬੀਤੀ, ਔਰ ਹੱਡ ਬੀਤੀ ਹੁੰਦੀ ਹੈ ਦਿਲ ਦੀ ਗੱਲ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਮਹਾਨ ਲੋਕ ਉਹ ਨਹੀਂ ਹੁੰਦੇ ਜਿਹੜੇ ਡਿਫਰੈਂਟ ਡਿਫਰੈਂਟ ਵੱਖ ਵੱਖ ਤਰ੍ਹਾਂ ਦੇ ਜਾਂ ਮਹਾਨ ਕੰਮ ਕਰਦੇ ਨੇ। ਮਹਾਨ ਲੋਕ ਹੁੰਦੇ ਨੇ ਜੋ ਕੰਮ ਉਹੀਓ ਕਰਦੇ ਨੇ ਜੋ ਸਾਰੇ ਕੰਮ ਕਰਦੇ ਪਏ ਨੇ, ਜੋ ਸਾਰੇ ਲੋਕ ਕੰਮ ਕਰਦੇ ਨੇ ਉਹੀਓ ਕੰਮ ਕਰਦੇ ਨੇ, ਪਰ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਮਹਾਨ ਹੁੰਦਾ।
ਉਹਨਾਂ ਦੀ ਸੋਚ ਮਹਾਨ ਹੁੰਦੀ, ਕਿਉਂਕਿ ਕੰਮ ਦੇ ਪਿੱਛੇ ਤੁਹਾਡੀ ਆਪਣੀ ਸੋਚ ਕੰਮ ਕਰਦੀ ਹੈ, ਤੁਹਾਡਾ ਆਪਣਾ ਥੋਟ ਪ੍ਰੋਸੈਸ ਕੰਮ ਕਰਦਾ, ਤੁਹਾਡਾ ਸੋਚ, ਤੁਹਾਡਾ ਆਪਣਾ ਵਿਚਾਰ ਜਿੰਨਾ ਅਮੀਰ ਹੋਏਗਾ ਉਹ ਅਮੀਰੀ ਤੁਹਾਡੇ ਕੰਮ ਦੇ ਵਿੱਚ ਚਲਕੇਗੀ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਜ਼ਰੂਰੀ ਨਹੀਂ ਕਿ ਤੁਸੀਂ ਔਖੇ ਔਖੇ ਕੰਮ ਹੀ ਕਰਨੇ ਨੇ, ਪਹਾੜ ਚੜ੍ਹਨਾ ਜ਼ਰੂਰੀ ਨਹੀਂ ਹੈ, ਸਿੱਧੇ ਰਾਹ 'ਤੇ ਵੀ ਜਾ ਸਕਦੇ ਹੋ, ਤੁਹਾਡੀ ਚੋਇਸ ਆ। ਜਿਨ੍ਹਾਂ ਨੂੰ ਪਹਾੜ ਚੜ੍ਹਨ ਦਾ ਸ਼ੌਕ ਹੈ, ਪਹਾੜ ਚੜ੍ਹਨ ਤੁਹਾਨੂੰ ਸਿੱਧੇ ਰਾਹ 'ਤੇ ਜਾਣ ਦਾ ਸ਼ੌਕ ਹੈ, ਤੁਸੀਂ ਸਿੱਧੇ ਰਾਹ 'ਤੇ ਜਾਓ। ਜ਼ਿੰਦਗੀ ਸਿੱਧੀ ਸਿੱਧੀ ਵੀ ਤਾਂ ਹੋ ਸਕਦੀ ਹੈ ਨਾ, ਇਹ ਤੁਹਾਡੀ ਚੋਇਸ ਆ, ਤੁਹਾਨੂੰ ਕੀ ਪਸੰਦ ਹੈ। ਕਈ ਵਾਰ ਅਸੀਂ ਸੋਚਦੇ ਹਾਂ ਅਸੀਂ ਵੱਡੇ ਵੱਡੇ ਸੈਕਰੀਫਾਈਸ ਕਰਾਂਗੇ, ਵੱਡੀਆਂ ਵੱਡੀਆਂ ਕੁਰਬਾਨੀਆਂ ਕਰਾਂਗੇ ਤਾਂ ਹੀ ਜ਼ਿੰਦਗੀ ਦਾ ਅਸਲੀ ਮਤਲਬ ਸਾਨੂੰ ਸਮਝ ਆਏਗਾ, ਜ਼ਰੂਰੀ ਨਹੀਂ ਹੈ। ਤੁਸੀਂ ਬਿਨਾਂ ਕਿਸੇ ਕੁਰਬਾਨੀ ਤੋਂ, ਬਿਨਾਂ ਵੱਡੀਆਂ ਵੱਡੀਆਂ ਕੁਰਬਾਨੀਆਂ ਤੋਂ ਤੁਸੀਂ ਸਿੱਧੀ ਸਾਧੀ ਰਾਹ 'ਤੇ ਤੁਰਦੇ ਹੋਏ ਵੀ ਜ਼ਿੰਦਗੀ ਦਾ ਮਤਲਬ ਅਤੇ ਮਕਸਦ ਸਮਝ ਸਕਦੇ ਹੋ, ਇਹ ਤੁਹਾਡੀ ਆਪਣੀ ਪਰਸੈਪਸ਼ਨ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਜਿਹੜੇ ਹੁਣ ਵੱਡੀਆਂ ਵੱਡੀਆਂ ਰਾਹਾਂ 'ਤੇ ਤੁਰਦੇ ਨੇ, ਵੱਡੀਆਂ ਵੱਡੀਆਂ ਮੁਸੀਬਤਾਂ 'ਤੇ ਤੁਰਦੇ ਨੇ, ਵੱਡੀਆਂ ਵੱਡੀਆਂ ਕੁਰਬਾਨੀਆਂ ਦਿੰਦੇ ਨੇ, ਪਹਾੜਾਂ 'ਤੇ ਚੜ੍ਹਦੇ ਨੇ, ਫਿਰ ਉਹਨਾਂ ਦੇ ਰਿਜ਼ਲਟ ਉੱਦਾਂ ਦੇ ਹੀ ਆਉਂਦੇ ਨੇ। ਔਰ ਜਿਹੜੇ ਸਿੱਧੇ ਸਾਧੇ ਰਾਹ ਚੁਣਦੇ ਨੇ, ਆਰਾਮ ਨਾਲ ਜ਼ਿੰਦਗੀ ਚੁਣਦੇ ਨੇ, ਵੀ ਸਿੱਧੀ ਤੁਰੇ ਜਾਓ ਬਸ ਠੀਕ ਹੈ, ਫਿਰ ਉਹ ਰਿਜ਼ਲਟ ਉੱਦਾਂ ਦੇ ਹੀ ਆਉਂਦੇ ਨੇ। ਰਾਈਟ, ਹੁਣ ਜੋ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੈ ਜਾਂ ਹੋਰ ਕੁਰਬਾਨੀਆਂ ਹੋਈਆਂ ਨੇ, ਉਹਦਾ ਮੁਕਾਬਲਾ ਤਾਂ ਆਪਾਂ ਉਹਨਾਂ ਲੋਕਾਂ ਨਾਲ ਨਹੀਂ ਨਾ ਕਰ ਸਕਦੇ ਜਿਹੜੇ ਲੋਕ ਅੰਗਰੇਜ਼ਾਂ ਦੇ ਪਿੱਠੂ ਰਹੇ, ਅੰਗਰੇਜ਼ਾਂ ਦੀ ਗੁਲਾਮੀ ਕਰਕੇ ਉਹਨਾਂ ਦੀ ਚਾਪਲੂਸੀ, ਜੀ ਹਜ਼ੂਰ ਕਰਦੇ ਰਹੇ। ਉਹਨਾਂ ਦਾ ਮੁਕਾਬਲਾ ਅਸੀਂ ਭਗਤ ਸਿੰਘ ਨਾਲ ਅਤੇ ਹੋਰ ਆਜ਼ਾਦੀ ਘੁਲਾਟੀਆਂ ਨਾਲ ਤਾਂ ਨਹੀਂ ਨਾ ਕਰ ਸਕਦੇ, ਉਹ ਡਿਫਰੈਂਸ ਰਹੇਗਾ, ਉਹ ਫਰਕ ਰਹੇਗਾ। ਜੋ ਮਹਾਨਤਾ ਵਾਲੀ ਗੱਲ ਹੈ ਉਹ ਮਹਾਨਤਾ ਵਾਲੀ ਗੱਲ ਰਹੇਗੀ, ਅਤੇ ਜਿਹੜੀ ਮਹਾਨਤਾ ਵਾਲੀ ਗੱਲ ਨਹੀਂ ਹੈ ਉਹ ਮਹਾਨਤਾ ਵਾਲੀ ਗੱਲ ਨਹੀਂ ਰਹੇਗੀ, ਠੀਕ ਹੈ ਨਾ। ਸੋ ਇਹ ਇੱਕ ਡਿਫਰੈਂਸ ਹੈ ਜੋ ਸਾਨੂੰ ਸਮਝਣਾ ਪਏਗਾ, ਔਰ ਇੱਥੇ ਆ ਕੇ ਹੀ ਅਸੀਂ ਜ਼ਿੰਦਗੀ ਦਾ ਮਤਲਬ ਅਤੇ ਮਕਸਦ ਸਮਝਦੇ ਹਾਂ। ਕੋਈ ਬੰਦਾ ਸਸਤੇ ਰਾਹ 'ਤੇ, ਸਸਤਾ ਰਾਹ ਮੈਂ ਇਸ ਕਰਕੇ ਕਹਿ ਰਿਹਾ, ਉਹ ਆਸਾਨ ਹੈ, ਐਵੇਂ ਤੁਰੇ ਜਾਓ, ਉਸ ਰਾਹ 'ਤੇ ਚੱਲਦਾ, ਉਹਦੇ ਐਕਸਪੀਰੀਅੰਸ ਉੱਦਾਂ ਦੇ ਨੇ। ਕੋਈ ਬੰਦਾ ਮਹਿੰਗੇ ਰਾਹ 'ਤੇ, ਮਤਲਬ ਮੁਸ਼ਕਿਲਾਂ ਕੁਰਬਾਨੀਆਂ 'ਤੇ ਤੁਰਦਾ, ਉਹਦੇ ਐਕਸਪੀਰੀਅੰਸ ਉੱਦਾਂ ਦੇ। ਉਹਨੇ ਜ਼ਿੰਦਗੀ ਨੂੰ ਕਿੱਦਾਂ ਸਮਝਿਆ ਅਤੇ ਉਹਨੇ ਜ਼ਿੰਦਗੀ ਨੂੰ ਕਿੱਦਾਂ ਸਮਝਿਆ, ਇਹ ਦੋਵਾਂ ਦਾ ਆਪਣਾ ਫਲਸਫਾ ਹੈ, ਇੱਕ ਦੂਜੇ 'ਤੇ ਲਾਗੂ ਨਹੀਂ ਹੁੰਦਾ, ਆਪਣੇ ਆਪ 'ਤੇ ਲਾਗੂ ਹੁੰਦਾ। ਤੁਹਾਡੇ ਆਦਰਸ਼ ਤੁਹਾਡੇ ਲਈ ਹੁੰਦੇ ਨੇ, ਦੂਜਿਆਂ ਲਈ ਨਹੀਂ ਹੁੰਦੇ। ਦੂਜੇ ਉਹਨੂੰ ਮੰਨ ਲੈਣ, ਤੁਹਾਨੂੰ ਐਕਸੈਪਟ ਕਰ ਲੈਣ, ਤੁਹਾਡੇ ਆਦਰਸ਼ਾਂ 'ਤੇ ਤੁਰ ਪੈਣ, ਇੱਕ ਅਨੋਖੀ ਗੱਲ ਹੋ ਸਕਦੀ ਹੈ, ਵੱਖਰੀ ਗੱਲ ਹੋ ਸਕਦੀ ਹੈ। ਇਹ ਆਦਰਸ਼ ਤੁਹਾਡੀ ਹੱਡ ਬੀਤੀ ਹੁੰਦੀ ਹੈ, ਤੁਹਾਡੇ ਅੰਦਰੋਂ ਨਿਕਲਦੇ ਨੇ, ਤੁਹਾਡੇ ਦਿਲ ਦੀ ਗੱਲ ਹੁੰਦੀ ਹੈ। ਹੁਣ ਤੁਹਾਡੇ ਦਿਲ ਦੀ ਗੱਲ ਕਿੰਨੇ ਕੁ ਦਿਲਾਂ ਤੱਕ ਪਹੁੰਚਦੀ ਹੈ, ਇਹ ਤਾਂ ਕੁਝ ਨਹੀਂ ਕਹਿ ਸਕਦੇ, ਪਰ ਤੁਸੀਂ ਪਛਾਣ ਦੀ ਕੋਸ਼ਿਸ਼ ਜ਼ਰੂਰ ਕਰਦੇ ਰਹਿਣਾ ਚਾਹੀਦਾ। ਪ੍ਰੋਗਰਾਮ ਚੱਲ ਰਿਹਾ ਗੱਲ ਦਿਲ ਦੀ। ਉਨਕੀ ਵੋ ਅਹਿਲੇ ਸਿਆਸਤ ਜਾਣੇ, ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ। ਸੋ ਤੁਸੀਂ ਵੀ ਆਪਣੇ ਦਿਲ ਦੀ ਗੱਲ ਸਾਨੂੰ ਜ਼ਰੂਰ ਇਨਬੋਕਸ ਕਰੋ, ਔਰ ਆਪਣੇ ਮਨ ਦੇ ਵਿਚਾਰ, ਆਪਣੇ ਵਾਸਤੇ ਜੋ ਵੀ ਫੀਲ ਕਰਦੇ ਹੋ ਸਾਨੂੰ ਲਿਖੋ, ਸਾਨੂੰ ਚੰਗਾ ਲੱਗਦਾ। ਅਤੇ ਸਾਡਾ ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਮੈਂ ਹਾਂ ਸੰਜੀਵ ਯਸ਼ ਖੰਨਾ, ਪ੍ਰੋਗਰਾਮ ਗੱਲ ਦਿਲ ਦੀ। ਸਤਿ ਸ਼੍ਰੀ ਅਕਾਲ।